ਸਤਿ ਸ਼੍ਰੀ ਅਕਾਲ, ਫੈਕਟ ਨਿਊਜ਼ ਉੱਤੇ ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦਾ। ਚੰਡੀਗੜ੍ਹ ਨਿਗਮ ਦੇ ਮੇਅਰ ਦੀ ਚੋਣ ਟਲੀ, ਰਿਟਰਨਿੰਗ ਅਫਸਰ ਦੇ ਬਿਮਾਰ ਹੋਣ ਕਾਰਨ ਛੁੱਟੀ 'ਤੇ ਚਲੇ ਜਾਣ ਮਗਰੋਂ ਚੋਣ ਹੋਈ ਮੁਲਤਵੀ। ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਨਹਿਰ ਵਿੱਚ ਡਿੱਗੀ, ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਦੇ ਚੱਬੇ ਨੇੜੇ ਵਾਪਰਿਆ ਹਾਦਸਾ। ਜਲੰਧਰ ਵਿੱਚ ਸੇਵਾ ਕੇਂਦਰਾਂ ਵਿੱਚ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਇੱਕ ਕਾਬੂ। ਬਰਨਾਲਾ ਵਿੱਚ ਅੱਜ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ। ਖੰਨਾ ਵਿੱਚ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਡਰਾਈਵਰਾਂ ਨੇ ਹਾਈਵੇ ਕੀਤਾ ਜਾਮ। ਪਿਛਲੇ 2 ਦਿਨਾਂ ਤੋਂ ED ਦੀ ਹਿਰਾਸਤ ਵਿੱਚ ਚੱਲ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਹਿਯੋਗ ਨਹੀਂ ਕਰ ਰਹੇ, ED ਮੰਗ ਸਕਦੀ ਹੈ ਹੋਰ ਰਿਮਾਂਡ। ਸਿੱਖਿਆ ਮੰਤਰਾਲੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਕੋਚਿੰਗ ਸੰਸਥਾਵਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਦੇ ਨਿਰਦੇਸ਼। ਰਾਮ ਮੰਦਿਰ ਉਦਘਾਟਨ ਸਮਾਰੋਹ ਮੌਕੇ ਕੇਂਦਰ ਵੱਲੋਂ 22 ਜਨਵਰੀ ਨੂੰ ਪੂਰੇ ਭਾਰਤ ਵਿੱਚ ਛੁੱਟੀ ਦਾ ਐਲਾਨ, ਅੱਧੇ ਦਿਨ ਲਈ ਬੰਦ ਰਹਿਣਗੇ ਕੇਂਦਰ ਸਰਕਾਰ ਨਾਲ ਜੁੜੇ ਸਰਕਾਰੀ ਦਫ਼ਤਰ। ਫਿਰੋਜ਼ਪੁਰ ਵਿੱਚ ਫੜਿਆ 2500 ਲੀਟਰ ਦੇ ਕਰੀਬ ਨਕਲੀ ਦੇਸੀ ਘਿਓ ਅਤੇ ਸਰ੍ਹੋਂ ਦਾ ਤੇਲ। ਗੁਜਰਾਤ ਦੇ ਵਡੋਦਰਾ ਵਿੱਚ ਹਰਨੀ ਝੀਲ ਵਿੱਚ ਕਿਸ਼ਤੀ ਪਲਟੀ, 13 ਵਿਦਿਆਰਥੀਆਂ ਸਣੇ 2 ਅਧਿਆਪਕਾਂ ਦੀ ਮੌਤ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼। ਸਤਿ ਸ਼੍ਰੀ ਅਕਾਲ, ਫੈਕਟ ਨਿਊਜ਼ ਉੱਤੇ ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦਾ। ਚੰਡੀਗੜ੍ਹ ਨਿਗਮ ਦੇ ਮੇਅਰ ਦੀ ਚੋਣ ਟਲੀ, ਰਿਟਰਨਿੰਗ ਅਫਸਰ ਦੇ ਬਿਮਾਰ ਹੋਣ ਕਾਰਨ ਛੁੱਟੀ 'ਤੇ ਚਲੇ ਜਾਣ ਮਗਰੋਂ ਚੋਣ ਹੋਈ ਮੁਲਤਵੀ। ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਨਹਿਰ ਵਿੱਚ ਡਿੱਗੀ, ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਦੇ ਚੱਬੇ ਨੇੜੇ ਵਾਪਰਿਆ ਹਾਦਸਾ। ਜਲੰਧਰ ਵਿੱਚ ਸੇਵਾ ਕੇਂਦਰਾਂ ਵਿੱਚ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਇੱਕ ਕਾਬੂ। ਬਰਨਾਲਾ ਵਿੱਚ ਅੱਜ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ। ਖੰਨਾ ਵਿੱਚ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਡਰਾਈਵਰਾਂ ਨੇ ਹਾਈਵੇ ਕੀਤਾ ਜਾਮ। ਪਿਛਲੇ 2 ਦਿਨਾਂ ਤੋਂ ED ਦੀ ਹਿਰਾਸਤ ਵਿੱਚ ਚੱਲ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਹਿਯੋਗ ਨਹੀਂ ਕਰ ਰਹੇ, ED ਮੰਗ ਸਕਦੀ ਹੈ ਹੋਰ ਰਿਮਾਂਡ। ਸਿੱਖਿਆ ਮੰਤਰਾਲੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਕੋਚਿੰਗ ਸੰਸਥਾਵਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਦੇ ਨਿਰਦੇਸ਼। ਰਾਮ ਮੰਦਿਰ ਉਦਘਾਟਨ ਸਮਾਰੋਹ ਮੌਕੇ ਕੇਂਦਰ ਵੱਲੋਂ 22 ਜਨਵਰੀ ਨੂੰ ਪੂਰੇ ਭਾਰਤ ਵਿੱਚ ਛੁੱਟੀ ਦਾ ਐਲਾਨ, ਅੱਧੇ ਦਿਨ ਲਈ ਬੰਦ ਰਹਿਣਗੇ ਕੇਂਦਰ ਸਰਕਾਰ ਨਾਲ ਜੁੜੇ ਸਰਕਾਰੀ ਦਫ਼ਤਰ। ਫਿਰੋਜ਼ਪੁਰ ਵਿੱਚ ਫੜਿਆ 2500 ਲੀਟਰ ਦੇ ਕਰੀਬ ਨਕਲੀ ਦੇਸੀ ਘਿਓ ਅਤੇ ਸਰ੍ਹੋਂ ਦਾ ਤੇਲ। ਗੁਜਰਾਤ ਦੇ ਵਡੋਦਰਾ ਵਿੱਚ ਹਰਨੀ ਝੀਲ ਵਿੱਚ ਕਿਸ਼ਤੀ ਪਲਟੀ, 13 ਵਿਦਿਆਰਥੀਆਂ ਸਣੇ 2 ਅਧਿਆਪਕਾਂ ਦੀ ਮੌਤ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼।